मॉर्निंग स्टूडेंट, प्यारे बच्चों, आज असी अपना जड़ा नेक्स्ट टॉपिक शुरू करन जा रहे हैं, उदा नाम है मॉक्लिनोवीर। मॉक्लिनोवीर की सब तो पहला आदि उदी थोड़ी करैक्टरिस्टिक्स पढ़ांगे कि उदे इंपॉर्टेंट फीचर्स की ने। फर्स्ट पॉइंट वो कह रहा है कि इंपॉर्टेंट करैक्टरिस्टिक्स आर इट इज बेसिकली ए टॉवल फैब्रिक। ਇਹ ਜਿਹੜਾ ਮੋਕਲਿਨੋਵੀਵ ਹੈ ਇਹ ਜਿਹੜਾ ਟਾਵਲ ਫੈਬਰਿਕ ਕ੍ਰੀਏਟ ਕਰਦਾ ਹੈ, ਟਾਵਲ ਫੈਬਰਿਕ ਬਣਾਉਂਦਾ। ਜਿਸ ਤਰ੍ਹਾਂ ਅਸੀਂ ਲਾਸਟ ਟਾਈਮ ਹੱਕਾ ਬੈਗ ਵੀਪ ਪੜ੍ਹੀ ਸੀ, ਉਹ ਵੀ ਹੱਕਾ ਬੈਗ ਵੀਪ ਕੀ ਹੈ, ਟਾਵਲ ਫੈਬਰਿਕ ਕ੍ਰੀਏਟ ਕਰਦੀ ਸੀ। ਸੋ ਉਹ ਵਾਲੀ ਵੀਪ ਵੀ ਇਟ ਕਮਸ ਅੰਡਰ ਦਾ ਕੈਟਾਗਰੀ ਆਫ ਦਾ ਟਾਵਲ ਵੀਪ। ਸੋ ਇਸੇ ਤਰ੍ਹਾਂ ਹੀ ਜਿਹੜੀ ਮੋਕਲਿਨੋਵੀਵ ਹੈ ਇਹ ਵੀ ਟਾਵਲ ਫੈਬਰਿਕ ਕ੍ਰੀਏਟ ਕਰਦੀ ਹੈ। ਸੋ ਇਹ ਵੀ ਇਟ ਕਮਸ ਅੰਡਰ ਦਾ ਕੈਟਾਗਰੀ ਆਫ ਦਾ ਟਾਵਲ ਵੀਪ। ਸੋ ਮੋਕਲਿਨੋਵੀਵ ਨੂੰ ਅਸੀਂ ਟਾਵਲ ਵੀਪ ਵੀ ਕਹਿ ਸਕਦੇ ਹਾਂ। ਸੈਕਿੰਡ ਪੁਆਇੰਟ ਹੈ ਕਿ ਸਰਫੇਸ ਆਫ ਦਾ ਫੈਬਰਿਕ ਇਜ਼ ਲਾਈਕ ਨੈਟ ਔਰ ਪਰਫੋਰੇਟਡ। ਇਸ ਪਰਟੀਕੂਲਰ ਵੀਪ ਦੇ ਦੁਆਰਾ ਜਿਹੜਾ ਸਾਡਾ ਟਾਵਲ ਫੈਬਰਿਕ ਬਣਦਾ ਉਹ ਥੋੜਾ ਓਪਨ ਟਾਈਪ ਬਣਦਾ, ਜਿਸ ਤਰ੍ਹਾਂ ਜਾਲੀਦਾਰ ਕੱਪੜਾ ਹੁੰਦਾ, ਨੈਟ ਟਾਈਪ ਫੈਬਰਿਕ। ਸੋ ਇਟ ਹੈਜ਼ ਰਫ ਸਰਫੇਸ। ਸੋ ਇਸ ਕਰਕੇ ਇਸ ਪਰਟੀਕੂਲਰ ਜਿਹੜਾ ਮੋਕਲਿਨੋਵੀਵ ਦੇ ਦੁਆਰਾ ਜਿਹੜਾ ਸਾਡਾ ਟਾਵਲ ਫੈਬਰਿਕ ਬਣਦਾ ਉਹਦਾ ਸਰਫੇਸ ਰਫ ਹੁੰਦਾ ਹੈ। ਜਿਹੜਾ ਵੀ ਟਾਵਲ ਫੈਬਰਿਕ ਕਿਸੇ ਵੀ ਵੀਪ ਦੇ ਦੁਆਰਾ ਬਣੇਗਾ ਉਹਦਾ ਟਾਵਲ ਦਾ ਸਰਫੇਸ ਹਮੇਸ਼ਾ ਰਫ ਹੋਏਗਾ। ਸੋ ਇਸ ਮੋਕਲਿਨੋਵੀਪ ਦੇ ਦੁਆਰਾ ਵੀ ਜਿਹੜਾ ਸਾਡਾ ਟਾਵਲ ਫੈਬਰਿਕ ਬਣਦਾ ਪਿਆ ਉਹਦਾ ਸਰਫੇਸ ਵੀ ਰਫ ਹੈ। ਕਹਿੰਦਾ ਇਟ ਇਜ਼ ਕੰਸਟਰਕਟਡ ਬਾਈ ਰਿਵਰਸਿੰਗ ਏ ਸਮਾਲ ਯੂਨਿਟ ਆਫ ਦਾ ਵੀਪ। ਇਸਦਾ ਮਤਲਬ ਹੈ ਕਿ ਇਸ ਪਰਟੀਕੁਲਰ ਵੀਪ ਦੇ ਦੁਆਰਾ ਜਿਹੜਾ ਅਸੀਂ ਵੀਪ ਕ੍ਰੀਏਟ ਕਰ ਰਹੇ ਹਾਂ ਇਟ ਇਜ਼ ਕੰਸਟਰਕਟਡ ਬਾਈ ਰਿਵਰਸਿੰਗ ਏ ਸਮਾਲ ਯੂਨਿਟ ਆਫ ਦਾ ਵੀਪ। ਮੀਨਸ ਇਸ ਤਰ੍ਹਾਂ ਇਹ ਤੁਸੀਂ ਰਾਈਟ ਸਾਈਡ ਤੇ ਇੱਕ ਗ੍ਰਾਫ ਦੇਖ ਰਹੇ ਹੋ, ਇਹ 6x6 ਦਾ ਗ੍ਰਾਫ ਹੈ। ਇਸ ਨੂੰ 3x3 ਦੇ ਸੈਕਸ਼ਨ ਦੇ ਵਿੱਚ ਵੰਡਿਆ ਗਿਆ, 3 ਐਂਡ ਇਹਦੇ ਵਿੱਚ ਨੇ, 3 ਐਂਡ ਇਸ ਸੈਕਸ਼ਨ ਦੇ ਵਿੱਚ ਨੇ, 3 ਐਂਡ ਇਸ ਸੈਕਸ਼ਨ ਦੇ ਵਿੱਚ ਨੇ ਤੇ 3 ਐਂਡ ਇਸ ਸੈਕਸ਼ਨ ਦੇ ਵਿੱਚ ਨੇ। ਹੁਣ ਅਸੀਂ ਕੀ ਹੈ ਇੱਕ ਟੋਟਲ ਤੁਸੀਂ ਕਹਿ ਸਕਦੇ ਹੋ ਕਿ 4 ਬਲੌਕ ਨੇ, 1 ਨੰਬਰ, 2 ਨੰਬਰ, 3 ਨੰਬਰ ਤੇ 4 ਨੰਬਰ। 1 ਨੰਬਰ ਤੇ 3 ਨੰਬਰ ਬਲੌਕ ਦੇ ਵਿੱਚ ਅਸੀਂ ਫਲੋਟ ਦੇ ਦੇਣਾ, 1 ਨੰਬਰ ਤੇ 3 ਨੰਬਰ ਬਲੌਕ ਦੇ ਵਿੱਚ ਅਸੀਂ ਕੀ ਦੇ ਦੇਣਾ, ਫਲੋਟ। ਹੁਣ ਤੁਸੀਂ ਦੇਖੋਗੇ ਹੁਣ ਜਦੋਂ 1 ਨੰਬਰ ਧਾਗਾ ਆਇਆ ਇਹ ਵਾਲਾ 1 ਨੰਬਰ ਵਾਰਪ, ਉਹ ਪਹਿਲੀ ਪਿੱਕ ਤੇ ਡਾਊਨ ਹੈ, ਦੂਜੀ ਪਿੱਕ ਤੇ ਅਪ ਹੈ, ਤੀਜੀ ਪਿੱਕ ਤੇ ਡਾਊਨ ਹੈ। 2 ਨੰਬਰ ਤੱਕ ਆ ਗਿਆ ਅੱਗੇ ਜੋ ਕਿ ਆਲ ਓਵਰ 3 ਪਿੱਕਾਂ ਦੇ ਉੱਤੋਂ ਜਾ ਰਿਹਾ, ਮੀਨਸ ਵਾਰਪ ਦਾ ਧਾਗਾ ਜਿਹੜੀਆਂ ਇਹ 3 ਪਿੱਕਸ ਇਧਰੋਂ ਪੈ ਰਹੀਆਂ ਉਹਨਾਂ ਦੇ ਉੱਤੋਂ ਜਾ ਰਿਹਾ, ਸਿੱਧਾ ਹੀ ਫਲੋਟ ਹੈ 3 ਪਿੱਕਸ ਦੇ ਉੱਤੋਂ। ਹੁਣ ਜਿਹੜਾ 3 ਨੰਬਰ ਧਾਗਾ ਹੈ ਉਹ 1 ਨੰਬਰ ਪਿੱਕ ਦੇ ਥੱਲਿਓਂ ਜਾ ਰਿਹਾ, 2 ਨੰਬਰ ਪਿੱਕ ਦੇ ਉੱਤੋਂ ਜਾ ਰਿਹਾ, ਫਿਰ 3 ਨੰਬਰ ਪਿੱਕ ਦੇ ਥੱਲਿਓਂ ਜਾ ਰਿਹਾ। ਹੁਣ ਜੋ ਧਾਗੇ ਦੀ ਵਰਕਿੰਗ ਇਸ ਸੈਕਸ਼ਨ ਦੇ ਵਿੱਚ ਹੋ ਰਹੀ ਹੈ ਉਸਦੀ ਉਲਟ ਰਿਵਰਸਿੰਗ ਜਾਂ ਉਸਦੀ ਉਲਟ ਵਰਕਿੰਗ ਇਸ 2 ਨੰਬਰ ਸੈਕਸ਼ਨ ਦੇ ਵਿੱਚ ਹੋਏਗੀ। ਕਿਸ ਤਰ੍ਹਾਂ, ਹੁਣ ਤੁਸੀਂ ਦੇਖੋ ਕਿ 1 ਨੰਬਰ ਸੈਕਸ਼ਨ ਦੇ ਵਿੱਚ ਕੀ ਸੀ, ਵਾਰਪ ਦਾ ਧਾਗਾ 1 ਨੰਬਰ ਪਿੱਕ ਤੇ ਡਾਊਨ ਸੀ, 2 ਨੰਬਰ ਪਿੱਕ ਤੇ ਅਪ ਸੀ, 3 ਨੰਬਰ ਪਿੱਕ ਤੇ ਡਾਊਨ ਸੀ। ਇਸ ਦਾ ਰਿਵਰਸ ਨੈਕਸਟ ਸੈਕਸ਼ਨ ਦੇ ਵਿੱਚ, 1 ਨੰਬਰ ਧਾਗਾ ਪਹਿਲੀ ਪਿੱਕ ਤੇ ਡਾਊਨ ਸੀ ਬਟ ਇੱਥੇ ਅਪ ਹੈ, 1 ਨੰਬਰ ਧਾਗਾ 2 ਨੰਬਰ ਪਿੱਕ ਤੇ ਅਪ ਸੀ ਬਟ ਇੱਥੇ ਡਾਊਨ ਹੈ, 3 ਨੰਬਰ ਧਾਗਾ 1 ਨੰਬਰ ਧਾਗਾ 3 ਨੰਬਰ ਪਿੱਕ ਤੇ ਡਾਊਨ ਸੀ ਬਟ ਉਸ ਦੇ ਉਲਟ ਨੈਕਸਟ ਬਲੌਕ ਦੇ ਵਿੱਚ ਉਹ ਅਪ ਹੈ। ਉਸੇ ਤਰ੍ਹਾਂ ਹੀ 2 ਨੰਬਰ ਵਾਰ ਦੇਖੋ, 2 ਨੰਬਰ ਵਾਰ ਤਿੰਨਾਂ ਪਿੱਕ ਦੇ ਉੱਤੋਂ ਜਾ ਰਿਹਾ। ਹੁਣ ਇੱਥੇ ਕੀ ਕੀਤਾ, ਜਿਹੜਾ ਸਾਡਾ 2 ਨੰਬਰ ਵਾਰ ਹੈ ਉਹ ਤਿੰਨਾਂ ਵੈਫਟ ਦੇ ਨੀਚੋਂ ਲੈ ਗਿਆ, ਖਾਲੀ ਛੱਡਦਾ। ਮੀਨਸ ਇਹ ਜਿਹੜਾ ਵਾਰ 2 ਇਹ ਜਿਹੜਾ ਵਾਰ ਦਾ ਧਾਗਾ ਹੈ ਉਹ ਇਹ ਜਿਹੜੀਆਂ 3 ਪਿਕਸ ਪਈਆਂ ਇਹਨਾਂ ਦੇ ਨੀਚਿਓਂ ਜਾ ਰਿਹਾ। ਹੁਣ ਇਸੇ ਤਰ੍ਹਾਂ ਹੀ ਇਹ 3 ਨੰਬਰ ਵਾਰ ਦੇਖੋ, ਇਹ 1 ਨੰਬਰ ਵੈਫਟ ਦੇ ਨੀਚਿਓਂ ਜਾ ਰਿਹਾ, 2 ਨੰਬਰ ਵੈਫਟ ਦੇ ਉੱਤੋਂ ਜਾ ਰਿਹਾ, 3 ਨੰਬਰ ਵੈਫਟ ਦੇ ਨੀਚਿਓਂ ਜਾ ਰਿਹਾ। ਇਸ ਦਾ ਰਿਵਰਸ ਇਹਨੂੰ ਦੇਖੋ,
ਇਹ ਜਿਹੜਾ ਵਾਰਪ ਹੈ ਇੱਥੇ ਡਾਊਨ ਹੈ ਇੱਥੇ ਅਪ ਹੈ ਇੱਥੇ ਅਪ ਹੈ ਇੱਥੇ ਡਾਊਨ ਹੈ ਇੱਥੇ ਡਾਊਨ ਹੈ ਤੇ ਇੱਥੇ ਅਪ ਹੈ ਸੋ ਇਸੇ ਤਰ੍ਹਾਂ ਹੀ 3 ਨੰਬਰ ਬਲਾਕ ਦੀ ਉਲਟ ਰਿਵਰਸ ਜੋ ਵੀ ਇੱਥੇ ਵਰਕਿੰਗ ਆ ਉਹਦਾ ਰਿਵਰਸ ਵਰਕਿੰਗ ਹੋਇਆ ਉਹਦਾ ਉਲਟ ਵਰਕਿੰਗ 4 ਨੰਬਰ ਬਲਾਕ 'ਚ ਲੱਗੇਗੀ ਸੋ ਇਸ ਕਾ ਕਿਉਂ ਕਹਿ ਰਿਹਾ ਕਿ ਇਟ ਇਜ਼ ਕੰਸਟਰਕਟਡ ਬਾਈ ਰਿਵਰਸਿੰਗ ਅ ਸਮਾਲ ਯੂਨਿਟ ਆਫ ਦਾ ਬੀਡ ਮੀਨਸ ਜੋ ਇੱਕ ਯੂਨਿਟ ਦੇ ਵਿੱਚ ਕੰਮ ਹੋ ਰਿਹਾ ਜੋ ਇੱਕ ਯੂਨਿਟ ਵਿੱਚ ਧਾਗੇ ਅਪ ਡਾਊਨ ਹੋ ਰਹੇ ਨੇ ਉਸ ਦਾ ਰਿਵਰਸ ਵਰਕਿੰਗ ਉਹਦੇ ਨੈਕਸਟ ਬਲਾਕ ਦੇ ਵਿੱਚ ਲੱਗੇਗੀ ਮੀਨਸ 1 ਨੰਬਰ ਬਲਾਕ ਦੀ ਰਿਵਰਸ ਵਰਕਿੰਗ 2 ਨੰਬਰ ਬਲਾਕ ਦੇ ਵਿੱਚ ਲੱਗੇਗੀ 3 ਨੰਬਰ ਬਲਾਕ ਦੀ ਰਿਵਰਸ ਵਰਕਿੰਗ 4 ਨੰਬਰ ਬਲਾਕ ਦੇ ਵਿੱਚ ਲੱਗੇਗੀ ਚੌਥਾ ਪੁਆਇੰਟ ਕਹਿ ਰਿਹਾ ਹੈ ਕਿ ਇਟ ਇਜ਼ ਐਨ ਓਪਨ ਟਾਈਪ ਵੀਵ ਇਹ ਜਿਹੜੀ ਹੈ ਮੋਕਲਿਨੋ ਵੀਵ ਹੈ ਇੱਕ ਓਪਨ ਟਾਈਪ ਵੀਵ ਹੈ ਮੀਨਸ ਕੱਪੜੇ 'ਚ ਓਪਨਨੈਸ ਕ੍ਰੀਏਟ ਕਰਦੀ ਹੈ ਕ੍ਰੀਏਟ ਓਪਨਨੈਸ ਇਨ ਦਾ ਫੈਬਰਿਕ ਦੈਟ ਰਿਜ਼ੈਂਬਲ ਏ ਗੌਜ਼ ਐਂਡ ਲੀਨੋ ਵੀਵ ਇਹ ਇਸ ਤਰ੍ਹਾਂ ਦਾ ਓਪਨ ਫੈਬਰਿਕ ਕ੍ਰੀਏਟ ਕਰਦੀ ਹੈ ਜੋ ਕਿ ਗੌਜ਼ ਐਂਡ ਲੀਨੋ ਵੀਵ ਦੇ ਨਾਲ ਰਿਜ਼ੈਂਬਲ ਕਰਦਾ ਹੈ ਮਿਲਦਾ ਗੌਜ਼ ਐਂਡ ਲੀਨੋ ਇੱਕ ਇਹੋ ਜਿਹੀ ਵੀਵ ਹੈ ਜਿਹੜਾ ਨੈੱਟ ਫੈਬਰਿਕ ਕ੍ਰੀਏਟ ਕਰਦੀ ਹੈ ਸੋ ਇਹ ਜਿਹੜੀ ਮੋਕਲਿਨੋ ਵੀਵ ਹੈ ਇਹ ਤੌਲੀਆ ਇਸ ਤਰ੍ਹਾਂ ਬਣਾਉਂਦੀ ਹੈ ਕਿ ਤੁਹਾਡਾ ਤੌਲੀਆ ਵੀ ਬਣ ਜਾਂਦਾ ਹੈ ਪਲੱਸ ਉਹ ਥੋੜਾ ਓਪਨ ਟਾਈਪ ਵੀ ਹੁੰਦਾ ਹੈ ਉਹਦੀ ਰਿਜ਼ੈਂਬਲੈਂਸ ਇਸ ਤਰ੍ਹਾਂ ਦਿਖਾਈ ਦਿੰਦੀ ਹੈ ਜਿਸ ਤਰ੍ਹਾਂ ਉਹ ਗੌਜ਼ ਐਂਡ ਲੀਨੋ ਫੈਬਰਿਕ ਦੇ ਨਾਲ ਉਸਦਾ ਮੇਲ ਖਾਂਦਾ ਹੈ ਸੋ ਇਸ ਕਰਕੇ ਇਸ ਦਾ ਨਾਮ ਦਿੱਤਾ ਗਿਆ ਮੋਕਲਿਨੋ ਵੀਵ ਤੌਲੀਆ ਵੀ ਬਣਦਾ ਪਿਆ ਲੀਨੋ ਮੀਨਸ ਓਪਨ ਟਾਈਪ ਵੀ ਬਣਦਾ ਪਿਆ ਤੋਂ ਇਸ ਕਰਕੇ ਇਹਦਾ ਨਾਮ ਦਿੱਤਾ ਗਿਆ ਮੋਕਲਿਨੋ ਵੀਵ ਨੈਕਸਟ ਪੁਆਇੰਟ ਕਹਿ ਰਿਹਾ ਕਿ ਵਾਰ ਥਰੈਡ ਰਨ ਇਨ ਗਰੁੱਪ ਵਿਦ ਇਨ ਏ ਸਪੇਸ ਬਿਟਵੀਨ ਐਂਡ ਆਰ ਕ੍ਰੋਸਡ ਬਾਈ ਵੈਬ ਥਰੈਡ ਵਿਚ ਆਰ ਗਰੁੱਪ ਟੂਗੈਦਰ ਇਨ ਏ ਸਿਮਿਲਰ ਮੈਨਰ ਕਹਿੰਦਾ ਜੀ ਵਾਰ ਥਰੈਡ ਰਨ ਇਨ ਗਰੁੱਪ ਵਿਦ ਇਨ ਏ ਸਪੇਸ ਬਿਟਵੀਨ ਜਿਹੜਾ ਵਾਰ ਹੈਗਾ ਉਹ ਇੱਕ ਸੈਕਸ਼ਨ ਵਿੱਚ ਇੱਕ ਗਰੁੱਪ ਦੇ ਵਿੱਚ ਰਨ ਕਰਦਾ ਐਂਡ ਆਰ ਕ੍ਰੋਸਡ ਬਾਈ ਵੈਬ ਥਰੈਡ ਵਿਚ ਆਰ ਗਰੁੱਪ ਟੂਗੈਦਰ ਇਨ ਸਿਮਿਲਰ ਮੈਨਰ ਤੇ ਇਹਨਾਂ ਜਿਹੜੇ ਵਾਰ ਦੇ ਜਿਹੜੇ ਲਿਫਟਡ ਧਾਗੇ ਹੁੰਦੇ ਨੇ ਇਹਨਾਂ ਨੂੰ ਵੈਬ ਤੇ ਥਰੈਡ ਜਿਹੜਾ ਉਹ ਕ੍ਰੋਸ ਕਰਦਾ ਸੇਮ ਗਰੁੱਪ ਦੇ ਵਿੱਚ ਜਿਸ ਤਰ੍ਹਾਂ ਵਾਰ ਦੇ ਧਾਗੇ ਲਿਫਟ ਹੁੰਦੇ ਹਨ ਅਗਲਾ ਪੁਆਇੰਟ ਕਹਿ ਰਿਹਾ ਕਿ ਓਪਨਨੈਸ ਇਨ ਦਾ ਫੈਬਰਿਕ ਇਜ਼ ਅਚੀਵਡ ਬਾਈ ਡੈਂਟ ਮਿਸਿੰਗ ਇਸ ਪਰਟੀਕੂਲਰ ਫੈਬਰਿਕ ਦੇ ਵਿੱਚ ਜਿਹੜੀ ਕੱਪੜੇ 'ਚ ਓਪਨਨੈਸ ਕ੍ਰੀਏਟ ਕੀਤੀ ਜਾਂਦੀ ਹੈ ਉਹ ਕੀ ਹੈ ਜਦੋਂ ਅਸੀਂ ਵਾਰ ਦੇ ਧਾਗਿਆਂ ਦੀ ਡੈਂਟਿੰਗ ਕਰਦੇ ਹਾਂ ਉਸ ਵੇਲੇ ਅਸੀਂ ਕੀ ਕਰਦੇ ਹਾਂ ਹਰ ਇੱਕ ਰਿਪੀਟ ਦੇ ਵਿੱਚ ਇੱਕ ਡੈਂਟ ਮਿਸ ਕਰ ਦਿੰਦੇ ਕਿਸ ਤਰ੍ਹਾਂ ਇਹ ਤੁਸੀਂ ਲਾਸਟ ਡਿਜ਼ਾਈਨ ਦੇਖੋ ਇਹ ਪਹਿਲੇ 3 ਸੈਕਸ਼ਨ ਦੇ ਵਿੱਚ ਅਸੀਂ ਫਲੋਟ ਦਿੱਤਾ ਇਹ ਬਲੌਕ ਨੰਬਰ 1 ਦੇ ਵਿੱਚ ਅਸੀਂ ਕੀ ਹੈ ਇਹ ਵਾਲਾ ਪਰਟੀਕੂਲਰ ਪੈਟਰਨ ਦਾ ਫਲੋਟ ਦਿੱਤਾ ਵਾਰਪ ਦਾ ਨੈਕਸਟ ਕੀ ਹੈ ਜੋ ਇੱਧਰ ਬਲੌਕ ਨੰਬਰ 2 ਦੇ ਵਿੱਚ ਜੋ ਇੱਧਰ ਧਾਗੇ ਅਪ ਸੀ ਉਹ ਇੱਧਰ ਡਾਊਨ ਕਰਦੇ ਨੇ ਮੀਨਸ ਉਹਦੀ ਰਿਵਰਸ ਵਰਕਿੰਗ ਅਸੀਂ 2 ਨੰਬਰ ਬਲੌਕ ਦੇ ਵਿੱਚ ਇੱਥੇ ਲਗਾਤੀ ਇਹਨਾਂ ਦੋਨਾਂ ਬਲੌਕ ਦੇ ਵਿੱਚ ਅਸੀਂ ਕੀ ਕੀਤਾ ਇਹ 3 ਧਾਗੇ ਲੈ ਕੇ ਅਸੀਂ ਇੱਕ ਡੈਂਟ ਦੇ ਵਿੱਚ ਪਾਸ ਕਰ ਦਿੰਦੇ ਮੀਨਸ ਇਹ 3 ਵਾਰ ਅਸੀਂ ਲੈ ਕੇ 1 2 3 ਇਹ 3 ਵਾਰ ਲੈ ਕੇ ਅਸੀਂ ਇੱਕ ਡੈਂਟ ਦੇ ਵਿੱਚੋਂ ਪਾਸ ਕਰ ਦਿੰਦੇ ਅਗਲੇ 3 ਧਾਗੇ ਇਹ ਹੋ ਗਿਆ 1 2 3 ਪਹਿਲੇ 3 ਧਾਗੇ ਇੱਕ ਡੈਂਟ ਦੇ ਵਿੱਚੋਂ ਪਾਸ ਕਰ ਦਿੰਦੇ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਅਗਲਾ ਡੈਂਟ ਇੱਕ ਖਾਲੀ ਛੱਡ ਦੇਵਾਂਗੇ ਅਗਲਾ ਡੈਂਟ ਕੀ ਹੈ ਇੱਕ ਖਾਲੀ ਛੱਡ ਦੇਵਾਂਗੇ ਉਸ ਤੋਂ ਬਾਅਦ ਅਗਲੇ 4th, 5th, 6th ਵਾਰਪ ਲੈ ਕੇ ਅਸੀਂ ਨੈਕਸਟ ਡੈਂਟ ਦੇ ਵਿੱਚੋਂ ਪਾਸ ਕਰ ਦਾਂਗੇ ਸੋ ਇਸ ਗਰੁੱਪ ਦੇ ਵਿੱਚ ਬਲੌਕ ਨੰਬਰ 1 ਐਂਡ ਬਲੌਕ ਨੰਬਰ 2 ਦੇ ਵਿੱਚ ਸਪੇਸ ਆ ਗਈ ਇਨ ਬਿਟਵੀਨ ਦਾ ਵਾਰਪ ਉਹ ਸਪੇਸ ਕਿਸ ਤਰ੍ਹਾਂ ਆਈ ਬਾਈ ਮੀਨਸ ਆਫ ਡੈਂਟ ਮਿਸਿੰਗ ਸੋ ਇਸ ਡੈਂਟ ਮਿਸਿੰਗ ਦੇ ਕਾਰਨ ਹੀ ਇਸ ਪਰਟੀਕੂਲਰ ਵੀਵ ਦੇ ਦੁਆਰਾ ਜਿਹੜਾ ਤੌਲੀਆ ਫੈਬਰਿਕ ਬਣਦਾ ਉਹ 'ਚ ਓਪਨਨੈਸ ਕ੍ਰੀਏਟ ਕੀਤੀ ਜਾਂਦੀ ਹੈ ਸੋ ਇਹੀ ਇਸ ਦੇ ਵਿੱਚ ਕਹਿ ਰਿਹਾ ਕਿ ਓਪਨਨੈਸ ਇਨ ਦਾ ਫੈਬਰਿਕ ਇਜ਼ ਅਚੀਵਡ ਬਾਈ ਡੈਂਟ ਮਿਸਿੰਗ ਇਸ ਕੱਪੜੇ ਵਿੱਚ ਓਪਨਨੈਸ ਕ੍ਰੀਏਟ ਕੀਤੀ ਜਾਂਦੀ ਹੈ ਵਿਦ ਦੀ ਹੈਲਪ ਆਫ ਡੈਂਟ ਮਿਸਿੰਗ ਦੇ ਨਾਲ ਇਸ ਪਰਟੀਕੂਲਰ ਟੋਵਲ ਫੈਬਰਿਕ ਨੂੰ ਬਣਾਉਣ ਲਈ ਜਾਂ ਮੋਕਲਿਨੋ ਫੈਬਰਿਕ ਨੂੰ ਬਣਾਉਣ ਲਈ ਮੋਸਟਲੀ ਲਿਨਨ ਤੇ ਕਾਟਨ ਦਾ ਯਾਰਨ ਯੂਜ਼ ਕੀਤਾ ਜਾਂਦਾ ਹੈ ਈਵਨ ਨੰਬਰ ਰਿਪੀਟ ਸਾਈਜ਼ ਇਜ਼ ਯੂਜ਼ਡ ਟੂ ਪ੍ਰੋਡਿਊਸ ਦਿਸ ਵੀਵ ਇਹ ਜਿਹੜੀ ਵੀਵ ਹੈ ਈਵਨ ਐਂਡਸ ਐਂਡ ਈਵਨ ਪਿਕਸ ਦੇ ਵਿੱਚ ਬਣਦੀ ਹੈ ਮੀਨਸ 6x6 8x8 10x10 ਇਸ ਤਰ੍ਹਾਂ ਕਦੀ ਨਹੀਂ ਹੋਏਗਾ ਕਿ ਇਹਦੇ 8 ਐਂਡ ਹੋ ਜਾਣ ਜਾਂ 6 ਵੈਫਟ ਹੋ ਜਾਣ ਸੋ ਇਹ ਹਮੇਸ਼ਾ ਈਵਨ ਐਂਡਸ ਐਂਡ ਈਵਨ ਰਿਪੀਟ ਦੇ ਵਿੱਚ ਹੀ ਬਣੇਗੀ ਦਿਸ ਵੀਵ ਕੈਨ ਬੀ ਡਿਵਾਈਡਿਡ ਡਾਇਗਨਲੀ ਇੰਟੂ 2 ਇਕੁਅਲ ਪਾਰਟਸ ਅਗਰ ਇਸ ਪਰਟੀਕੂਲਰ ਵੀਵ ਨੂੰ ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਅਗਰ ਇਸ ਵੀਵ ਨੂੰ ਅਗਰ ਅਸੀਂ ਡਾਇਗਨਲੀ ਕ੍ਰੋਸ ਕਰੀਏ ਤਾਂ ਅਸੀਂ ਦੇਖਾਂਗੇ ਇਹ 2 ਇਕੁਅਲ ਪਾਰਟਸ ਜੋ ਇੱਧਰ ਹੈਗਾ ਉਹੀ ਸੇਮ ਇਸ ਸਾਈਡ ਤੇ ਹੈਗਾ ਅਸੀਂ ਅਗਰ ਦੇਖਾਂਗੇ ਇਟ ਕੈਨ ਬੀ ਡਿਵਾਈਡਿਡ ਇੰਟੂ 2 ਇਕੁਅਲੀ ਪਾਰਟਸ ਸੈਂਟਰ ਦੇ ਵਿੱਚੋਂ ਅਗਰ ਅਸੀਂ ਇੱਕ ਲਾਈਨ ਇਸ ਵੀਵ ਦੇ ਵਿੱਚ ਸੈਂਟਰ ਦੇ ਵਿੱਚੋਂ ਅਗਰ ਅਸੀਂ ਇੱਕ ਲਾਈਨ ਡਾਇਗਨਲੀ ਖਿੱਚਾਂਗੇ ਤਾਂ ਇਹਦਾ ਮਿਰਰ ਇਮੇਜ
दूसरी साइड से होएगा। सो यही वो चीज कि इस पर्टिकुलर डिजाइन को असी डायगोनली टू इक्वल पार्ट्स के विच डिवाइड कर सकते हैं। इट इज मेनली यूज्ड फॉर हैंड टॉवल्स वास्ते यूज की जाती है, ग्लास क्लॉथ वास्ते इस नु पर्टिकुलर नु असी यूज कर सकते हैं। हुन नेक्स्ट है कि इस नु ग्राफ ते कंस्ट्रक्ट करन दा मेथड की है, किस तरह असी ग्राफ नु इस पर्टिकुलर वीव नु ग्राफ ते कंस्ट्रक्ट कर सकते हैं। इस पर्टिकुलर वीव दे विच एयर बीट है, इस दिया चार पीटा असी गां फदर डिवाइड दिती नहीं है पूरे डिजाइन दे विच। एक्चुअल रिपीट एक ए वाली जो असी पिछे ऑलरेडी डिजाइन दे विच डिस्कस की थी, सेम उसी तरह ही है। ए डिजाइन असी 12 में 12 दा लिया, दिस इज योर ड्राइंग, ए तुहाडा डिजाइन है, उत्ते ड्राफ्ट है, ਇਹ ਤੁਹਾਡਾ ਡਰਾਫਟ ਹੈ ਤੇ ਇਹ ਤੁਹਾਡੀ ਲਿਫਟਿੰਗ ਹੈ। ਡਿਜ਼ਾਈਨ ਦੇ ਉੱਤੇ ਹਮੇਸ਼ਾ ਡਰਾਫਟ ਬਣਦਾ ਹੈ ਤੇ ਡਿਜ਼ਾਈਨ ਦੇ ਰਾਈਟ ਸਾਈਡ ਤੇ ਹਮੇਸ਼ਾ ਲਿਫਟਿੰਗ ਬਣਦੀ ਹੈ। ਇਹ ਡਿਜ਼ਾਈਨ ਦੀ ਇੱਕ ਰਿਪੀਟ ਹੈ। ਹੁਣ ਅਸੀਂ ਕੀ ਕੀਤਾ, ਇਹ 12 ਬਾਏ 12 ਦਾ ਡਿਜ਼ਾਈਨ ਲਿਆ, ਠੀਕ ਹੈ। ਇਹਦੇ ਵਿੱਚ ਇੱਕ ਪਹਿਲੇ ਅਸੀਂ 6 ਬਾਏ 6 ਚ ਰਿਪੀਟ ਬਣਾ ਲਈ, ਸੇਮ ਪਿਛਲਾ ਡਿਜ਼ਾਈਨ ਜੋ ਅਸੀਂ ਕੀਤਾ, ਠੀਕ ਹੈ। ਇਹ ਡਿਜ਼ਾਈਨ ਅਸੀਂ ਇਸ ਤਰ੍ਹਾਂ ਸਾਰਾ ਬਣਾ ਲੈਣਾ। ਉਸ ਤੋਂ ਬਾਅਦ ਇਹਦੀ ਡਰਾਫਟਿੰਗ ਦੇਖੋ, ਡਰਾਫਟਿੰਗ ਕੀ ਹੈ, ਇੱਕ ਨੰਬਰ ਧਾਗਾ। ਹੁਣ ਸਾਨੂੰ ਇੱਥੋਂ ਡਿਜ਼ਾਈਨ ਤੋਂ ਪਤਾ ਲੱਗੇਗਾ ਕਿ ਇਸ ਪਾਰਟਿਕੂਲਰ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ ਕਿੰਨੀਆਂ ਹੀਲ ਚਾਪ ਯੂਜ਼ ਕਰਨੇ ਪੈਣੀਆਂ। ਇੱਕ ਨੰਬਰ ਧਾਗਾ ਆ, ਉਹਨੂੰ ਕੰਟਰੋਲ ਕਰਨ ਲਈ ਇੱਕ ਹੀਲ ਚਾਪ ਸਾਨੂੰ ਲਗਾਉਣੇ ਪੈਣੀ ਆ, ਉਹ ਅਸੀਂ ਇਹਨੂੰ ਇੱਕ ਨੰਬਰ ਦੇ ਦਿੱਤਾ। ਦੋ ਨੰਬਰ ਧਾਗੇ ਦੀ ਵਰਕਿੰਗ ਇੱਕ ਨਾਲੋਂ ਅਲੱਗ ਹੈ, ਇਸ ਕਰਕੇ ਇਸ ਪਾਰਟਿਕੂਲਰ ਦੋ ਨੰਬਰ ਧਾਗੇ ਨੂੰ ਅਲੱਗ ਹੀਲ ਚਾਪ 'ਚ ਲੈਣੇ ਪੈਣਾ, ਇਹਨੂੰ ਦੋ ਨੰਬਰ ਸ਼ਾਫਟ ਦਾ ਧਾਗਾ ਦੇ ਦਿੱਤਾ। ਹੁਣ ਜਿਹੜਾ ਇਹ 3 ਨੰਬਰ ਧਾਗਾ ਹੈ, ਇਹਦੀ ਵਰਕਿੰਗ ਫੇਰ 1 ਨੰਬਰ ਦੇ ਨਾਲ ਮਿਲਦੀ ਹੈ, ਇਸ ਕਰਕੇ ਇਹ ਵਾਲੇ ਧਾਗੇ ਨੂੰ ਵੀ ਅਸੀਂ 1 ਨੰਬਰ ਹੀਲ ਚਾਪ ਦੇ ਵਿੱਚ ਲਵਾਂਗੇ। ਅੱਗੇ ਜਿਹੜਾ ਇਹ ਵਾਲਾ ਧਾਗਾ ਚੌਥਾ, ਇਹਦੀ ਵਰਕਿੰਗ 1 ਤੇ 2 ਨੰਬਰ ਜਿਹੜੇ ਲਾਸਟ 3 ਧਾਗੇ ਸੀ ਉਹਨਾਂ ਨਾਲੋਂ ਅਲੱਗ ਹੈ, ਠੀਕ ਹੈ। ਇਸ ਕਰਕੇ ਇਹਨੂੰ 3 ਨੰਬਰ ਸ਼ਾਪ ਦੇ ਵਿੱਚ ਲਵਾਂਗੇ। ਜਿਹੜਾ ਅਗਲਾ ਧਾਗਾ ਹੈ ਉਹਦੀ ਵਰਕਿੰਗ 1 2 ਤੇ 3 ਤਿੰਨੋਂ ਧਾਗਿਆਂ ਨਾਲੋਂ ਅਲੱਗ ਹੈ, ਇਸ ਕਰਕੇ ਇਹਨੂੰ 4 ਨੰਬਰ ਹੀਲ ਚਾਪ ਦੇ ਵਿੱਚ ਲਵਾਂਗੇ। ਨੈਕਸਟ ਧਾਗੇ ਦੀ ਵਰਕਿੰਗ 3 ਨੰਬਰ ਧਾਗੇ ਦੇ ਨਾਲ ਮਿਲਦੀ ਹੈ, ਇਹਨੂੰ 3 ਨੰਬਰ ਹੀਲ ਚਾਪ ਦੇ ਵਿੱਚ ਲਵਾਂਗੇ। ਇਹਦੀ ਵਰਕਿੰਗ ਫਿਰ 1 ਨੰਬਰ ਦੇ ਨਾਲ ਮਿਲਦੀ ਹੈ, ਇਹਨੂੰ 1 ਨੰਬਰ ਹੀਲ ਚਾਪ ਦੇ ਵਿੱਚ ਸੇਮ ਲੈ ਲਾਂਗੇ। ਇਹਦੀ ਵਰਕਿੰਗ 2 ਨੰਬਰ ਧਾਗੇ ਦੇ ਨਾਲ ਮਿਲਦੀ ਹੈ, ਇਹਨੂੰ 2 ਨੰਬਰ ਧਾਗੇ ਦੇ ਵਿੱਚ ਲੈ ਲਾਂਗੇ। ਇਹਦੀ ਵਰਕਿੰਗ ਫਿਰ 1 ਨੰਬਰ ਦੇ ਨਾਲ ਮਿਲਦੀ ਹੈ, 1 ਨੰਬਰ ਦੇ ਵਿੱਚ ਲੈ ਲਾਂਗੇ। ਇਸੇ ਤਰ੍ਹਾਂ ਹੀ 3 ਨੰਬਰ, 4 ਨੰਬਰ ਤੇ 5 ਨੰਬਰ। ਸੋ ਸਾਨੂੰ ਇਹ ਨੀਚੋਂ ਸਾਰਾ ਕੁਝ ਦੇਖ ਕੇ ਸਾਨੂੰ ਇਹ ਪਤਾ ਲੱਗ ਰਿਹਾ ਕਿ ਇਸ ਪਾਰਟਿਕੂਲਰ ਡਿਜ਼ਾਈਨ ਦੀ ਅਗਰ ਡਰਾਫਟਿੰਗ ਹੈ, ਇਸ ਪਾਰਟਿਕੂਲਰ ਡਿਜ਼ਾਈਨ ਨੂੰ ਅਗਰ ਅਸੀਂ ਮਸ਼ੀਨ ਤੇ ਬਣਾਉਣਾ ਤਾਂ ਸਾਨੂੰ ਕਿੰਨੀਆਂ ਸ਼ਾਫਟਾਂ ਚਾਹੀਦੀਆਂ, 1, 2, 3 ਸ਼ਾਫਟ। ਅਗਰ ਅਸੀਂ ਇਸ ਮੋਕਲੀਨੋ ਡਿਜ਼ਾਈਨ ਨੂੰ, ਇਸ ਮੋਕਲੀਨੋ ਵੀਵ ਨੂੰ ਅਗਰ ਕੱਪੜੇ ਤੇ, ਅਗਰ ਮਸ਼ੀਨ ਤੇ ਕੰਸਟਰਕਟ ਕਰਨਾ ਹੈ ਤਾਂ ਸਾਨੂੰ 4 ਸ਼ਾਫਟਾਂ ਯੂਜ਼ ਕਰਨੇ ਪੈਣੀਆਂ। ਇਹ ਅਸੀਂ ਉੱਤੇ 4 ਸ਼ਾਫਟਾਂ ਯੂਜ਼ ਕੀਤੀਆਂ, 1, 2, 3 ਤੇ 4। ਹੁਣ ਇਸੇ ਤਰ੍ਹਾਂ ਇੱਥੋਂ ਦੇਖ ਕੇ ਸਾਰੀ ਡਰਾਫਟਿੰਗ ਕਰਦੇ ਹੋ, 1 ਨੰਬਰ ਧਾਗਾ 1 ਨੰਬਰ ਸ਼ਾਫਟ ਦੇ ਵਿੱਚ ਪਾਤਾ, 2 ਨੰਬਰ ਧਾਗਾ 2 ਨੰਬਰ ਸ਼ਾਫਟ ਦੇ ਵਿੱਚ ਪਾਤਾ, ਫਿਰ ਆ 1 ਨੰਬਰ ਧਾਗਾ 1 ਨੰਬਰ ਸ਼ਾਫਟ ਦੇ ਵਿੱਚ ਪਾਤਾ, 3 ਨੰਬਰ ਧਾਗਾ 3 ਨੰਬਰ ਸ਼ਾਫਟ ਦੇ ਵਿੱਚ ਪਾਤਾ, 4 ਨੰਬਰ ਧਾਗਾ 4 ਨੰਬਰ ਸ਼ਾਫਟ ਦੇ ਵਿੱਚ ਪਾਤਾ, 3 ਨੰਬਰ ਧਾਗਾ ਫਿਰ 3 ਨੰਬਰ ਦੇ ਵਿੱਚ ਪਾਤਾ। ਇਸੇ ਤਰ੍ਹਾਂ ਹੀ ਫਿਰ ਦੁਬਾਰਾ ਤੋਂ ਰਿਪੀਟ ਸ਼ੁਰੂ ਹੋ ਗਈ ਹੈ, 1 ਨੰਬਰ ਧਾਗਾ ਫਿਰ 1 ਨੰਬਰ ਦੇ ਵਿੱਚ ਆ ਗਿਆ, 2 ਨੰਬਰ ਦਾ 2 ਨੰਬਰ 'ਚ, 3 ਨੰਬਰ ਦਾ 3 ਨੰਬਰ 'ਚ, ਫਿਰ 3 ਨੰਬਰ ਦਾ ਧਾਗਾ ਆ ਗਿਆ, 4 ਨੰਬਰ ਦਾ ਧਾਗਾ ਆ ਗਿਆ, ਫਿਰ 3 ਨੰਬਰ ਦਾ ਧਾਗਾ ਆ ਗਿਆ। ਇਹ ਜਿਹੜਾ ਸਾਡਾ ਡਰਾਫਟ ਹੈ ਦੈਟ ਇਜ਼ ਯੋ, ਇਹ ਇਸ ਤਰ੍ਹਾਂ ਦੇ ਡਰਾਫਟ ਨੂੰ 1, 2, 1, 3, 4, 3 ਇਸ ਤਰ੍ਹਾਂ ਦੇ ਡਰਾਫਟ ਨੂੰ ਫੱਕਾ ਬੈਕ ਡਰਾਫਟ ਕਹਿੰਦੇ ਨੇ। ਹੁਣ ਇਸੇ ਤਰ੍ਹਾਂ 4 ਸ਼ਾਫਟਾਂ ਦੇ 4 ਸ਼ਾਫਟਾਂ ਦੀ ਲਿਫਟਿੰਗ ਕਰਨੀ ਪੈਣੀ ਹੈ, 1, 2, 3, 4। ਜੋ 1 ਨੰਬਰ ਧਾਗੇ ਦੀ ਵਰਕਿੰਗ ਹੈ ਉਹ ਸਾਰੀ ਕਾਪੀ ਕਰਕੇ ਸੇਮ ਐਜ਼ ਇਟ ਇਜ਼ ਲਗਾ ਦਿਓ, 2 ਨੰਬਰ ਧਾਗੇ ਦੀ ਵਰਕਿੰਗ ਉਸਨੂੰ ਪ੍ਰੋਪਰ ਕਾਪੀ ਕਰਕੇ ਸੇਮ ਇੱਥੇ ਲਗਾ ਦਿਓ, 3 ਨੰਬਰ ਧਾਗੇ ਦੀ ਜੋ ਵਰਕਿੰਗ ਹੈ ਉਸਨੂੰ ਕਾਪੀ ਕਰਕੇ 3 ਨੰਬਰ ਪੋਜੀਸ਼ਨ ਤੇ ਲਗਾ ਦਿਓ, ਤੇ 4 ਨੰਬਰ ਧਾਗੇ ਦੀ ਜੋ ਵੀ ਵਰਕਿੰਗ ਅਪ ਡਾਊਨ ਦੀ ਉਸਨੂੰ ਸੇਮ ਇੱਥੇ 4 ਨੰਬਰ ਤੇ ਲਗਾ ਦਿਓ। ਸੋ ਇਸ ਤਰ੍ਹਾਂ ਸਾਡੀ ਇਹ ਵਾਲਾ ਲਿਫਟਿੰਗ ਵਾਲਾ ਡਿਜ਼ਾਈਨ ਸਾਡਾ ਇਹ ਕੰਪਲੀਟ ਹੋ ਜਾਏਗਾ। ਇਸ ਪਾਰਟਿਕੂਲਰ ਮੋਕਲੀਨੋ ਵੀਵ ਦੇ ਵਿੱਚ ਕੀ ਹੈ ਕਿ ਜੋ ਧਾਗੇ ਇੱਕ ਸੈਕਸ਼ਨ ਦੇ ਵਿੱਚ ਅਪ ਨੇ ਉਹ ਦੂਜੇ ਸੈਕਸ਼ਨ ਦੇ ਵਿੱਚ ਡਾਊਨ ਹੋਣਗੇ, ਸਾਡਾ ਇਹੀ ਕਨਸੈਪਟ ਸੀ। ਇੱਥੇ ਦੇਖੋ ਇਸ ਸੈਕਸ਼ਨ ਦੇ ਵਿੱਚ ਤੁਹਾਨੂੰ ਇਹ ਦੇਖੋ, ਇੱਥੇ ਜੋ ਧਾਗੇ ਇੱਥੇ ਅਪ ਨੇ, ਵਾਰਪ ਇੱਥੇ ਅਪ ਹੈ, ਇੱਥੇ ਅਪ ਹੈ, ਇੱਥੇ ਅਪ ਹੈ, ਬਟ ਨੈਕਸਟ ਸੈਕਸ਼ਨ ਦੇ ਵਿੱਚ ਅਗਲੇ ਬਲੌਕ ਦੇ ਵਿੱਚ ਉਹ ਡਾਊਨ ਹੈ। ਅਗਰ ਇਸ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਅਸੀਂ ਅਗਰ ਗ੍ਰਾਫ ਤੇ ਸ਼ੋਅ ਕਰਾਂਗੇ ਉਹ ਸਾਡਾ ਮੋਕਲੀਨੋ ਨੂੰ ਡੈਜ਼ਿਗਨੇਟ ਕਰੇਗਾ।
हुण इसे तरह का जो मॉकलिन डिजाइन है वो तुम इस तरह भी बना सकते हो। हुण यह साडा डिजाइन 10x10 है, ठीक है, इनू 5x5 के ब्लॉक च वंड लिया। ब्लॉक नंबर 1 के धागे ने, ब्लॉक नंबर 2 के धागे ने, ब्लॉक नंबर 3 के धागे ने, ब्लॉक नंबर 4 के धागे ने। बेसिक कंसैप्ट की है, जो धागे एक ब्लॉक के अप है वह अगले ब्लॉक के डाउन रहेंगे। सो असी यह की है, यह ब्लॉक नंबर 1 के अवला फ्लोट देता। नैक्सट सैक्शन यह वार का फ्लोट है, फिलिंग इंडीकेट वार्प अप। हूँ जो इतने वार्प अप है, नैक्सट सैक्शन यह वार्प के सारे धागे असं डाउन कर देने, तो जिथे एक नंबर ब्लॉक के वेफ्ट अप सी, वेफ्ट जिथे एक नंबर ब्लॉक के वेफ्ट सी वो अं नैक्सट सैक्शन के वार्प इंडीकेट कर देना। मीनस इतने आ देखो वेफ्ट अप, इतने साडा यह वार्प अप सी, इतने अं वार्प डाउन करता। मीनस जो एक नंबर ब्लॉक के जो वर्किंग हो रही है वार्प के धागे की या वेफ्ट के धागे की, वह रिवर्स नैक्सट सैक्शन आएगा। सो एक नंबर से तीन नंबर का सेम रहेगा, दो नंबर से चार नंबर की वर्किंग सेम रहेगी, ड्राफ्टिंग सेम। उस तरह जिस तरह तुम लास्ट डिजाइन के समझाई है उस तरह देख के सूँ पता लग जाएगा नीचे किनिया हील शाफ्ट लगनी है, उन्नी हील शाफ्ट सैट करके उन्होंने ड्राफ्टिंग कर देनी, ड्राफ्टिंग करने के बाद उन्होंने एज इट इज लिफ्टिंग कर देनी। ये नैक्सट की है, तुम यह दसन की कोशिश की जा रही है कि धागे किस तरह अप डाउन मूवमेंट हो रही है, धागे का क्रॉस सैक्शन धागे किस तरह वार्प के वेफ्ट राही इंटरलेस हो रहे हैं। अगर तुम यह वाला डिजाइन देखोगे, यह वाला डिजाइन, यह डिजाइन पोर्शन है, यह डिजाइन है, यह डिजाइन पोर्शन है। उस तरह ही 6 एंड 6 पिक है, 6 एंड कि 1 2 3 4 5 6 छे वार्प के धागे ने, छे ही वेफ्ट के धागे ने, 1 2 3 4 5 6 ते 6 ही वेफ्ट के धागे ने। इधर असी ये वाला पैटर्न देता, हूँ जो धागे इधर अप सी वो अगे नैक्सट ब्लॉक के डाउन करते हैं। एक नंबर ते तीन नंबर ब्लॉक सेम है, उन्हां दी वर्किंग सेम है, इसे तरह ही दो नंबर ते चार नंबर ब्लॉक की वर्किंग सेम है। मेन बेसिक कंसैप्ट है कि जो धागे एक ब्लॉक के अप होणगे वरते और नैक्सट दो नंबर ब्लॉक के डाउन होणगे, यह एक मॉकलिनो वीव की खासियत है। हुण इहदा जिहड़ा थ्रेड क्रॉस सैक्शन देखो, यह 6 धागियां दा वेफ्ट धागे दे नाल 6 वेफ्ट दे धागे नाल इंटरलेस किस तरह हो रहे हैं। हुण इह देखो थ्रेड क्रॉस यान क्रॉस सैक्शन दे विच देखो, 1 2 3 4 5 6 6 वार्प दे धागे ने, 6 ही वेफ्ट दे धागे ने। देखो 1 2 3 4 5 6 पहला वार्प दा धागा देखो, पहला वार्प दा धागा एक नंबर पिक ते डाउन है, दो नंबर पिक ते अप है, तीन नंबर पिक ते डाउन है, चार नंबर पिक ते अप है, पांच नंबर पिक ते डाउन है, छे नंबर पिक ते अप है। यह देखो एक नंबर तक, एक नंबर पिक ते डाउन है, दो नंबर पिक ते अप है, तीन नंबर पिक ते डाउन है। डिजाइन नालों नाल देखते जाओ किस तरह है, चार नंबर पिक ते अप है, एक नंबर बार फिर पांच नंबर पिक दे नीचों जा रहा है, छे नंबर पिक दे उत्तों जा रहा है, सेम वर्किंग है। उसे तरह ही हूँ दो नंबर धागा देखो, दो नंबर धागे की वर्किंग देखो, यह की है, दो नंबर धागा तीन पिक्स के उत्तों जा रहा है, तीन पिक्स के नीचों जा रहा है। हूँ यह दो नंबर धागा देखो, यह की है, तीन पिक्स के उत्तों जा रहा है, अगलिया तीन पिक्स से डाउन जा रहा है। हूँ तीन नंबर धागे की वर्किंग देखो, तीन नंबर धागा एक पिक ते डाउन जा रहा, दो नंबर पिक ते उत्तों जा रहा, तीन नंबर पिक ते डाउन जा रहा, चार नंबर पिक ते उत्तों जा रहा, पांच नंबर पिक ते डाउन जा रहा, छे नंबर पिक ते उत्तों जा रहा। हूँ इधर तीन नंबर धागे की सेम वर्किंग देखो, एक नंबर पिक ते थल्ले जा रहा, दो नंबर पिक ते उत्तों जा रहा, तीन नंबर पिक ते थल्ले जा रहा, चार नंबर पिक दे उत्तों जा रहे हैं, पांच नंबर पिक दे थल्ले जा रहे हैं, छे नंबर पिक दे उत्तों जा रहे हैं। हुण चार नंबर धागे की वर्किंग देखो, चार नंबर धागा एक नंबर वेफ्ट दे उत्तों जा रहा, दो नंबर वेफ्ट दे नीचे जा रहा, तीन नंबर वेफ्ट दे उत्तों जा रहा, चार नंबर वेफ्ट दे नीचे जा रहा, पांच नंबर वेफ्ट दे उत्तों जा रहा, छे नंबर वेफ्ट दे नीचे जा रहा है। चार नंबर एरी जान क्रॉस सैक्शन देखो किस तरह इंटरलेस हो रहा है।
सेम चार नंबर बार एक नंबर वेफ्ट के उत्तों जा रहे हैं, डिजाइन साथ साथ देखते जाओ, दो नंबर वेफ्ट के नीचे जा रहे हैं, तीन नंबर वेफ्ट के उत्तों जा रहे हैं, चार नंबर वेफ्ट के नीचे जा रहे हैं, पांच नंबर वेफ्ट के उत्तों जा रहे हैं, तो छे नंबर वेफ्ट के नीचे जा रहे हैं। हुण पांच नंबर वेफ्ट देखो, पांच नंबर वार्प जड़ा है वह तिना वेफ्ट के पहले तीन वेफ्ट के नीचे जा रहा है, अगले तीन वेफ्ट के उत्तों जा रहे हैं। इधर पांच नंबर वेफ्ट देखो, पांच नंबर वार्प देखो, तिना वेफ्ट के नीचे जा रहा है, पहले तीन वेफ्ट के नीचे जा रहा है, अगले तीन वेफ्ट के उत्तों जा रहे हैं। हुण अगला छे नंबर वार्प देखो, छे नंबर वार्प पहले वेफ्ट के उत्तों जा रहा है, दूसरे वेफ्ट के नीचे जा रहा है, तीजे वेफ्ट के उत्तों जा रहा है, चौथे वेफ्ट के नीचे जा रहा है, पंजवें वेफ्ट के उत्तों जा रहा है, तो छेवें वेफ्ट के नीचे जा रहा है। हुण इसे तरह ही आ छे नंबर वार्प देखो, और क्रॉस सैक्शन किस तरह वेफ्ट नाल इंटरलेस होया, एक नंबर वार्प के उत्तों जा रहा है, दो एक नंबर वेफ्ट के उत्तों जा रहा है, दो नंबर वेफ्ट के नीचे जा रहा है, तीन नंबर वेफ्ट के उत्तों जा रहा है, चार नंबर वेफ्ट के नीचे जा रहा है, पांच नंबर वेफ्ट के उत्तों जा रहा है, तो छे नंबर वेफ्ट के नीचे जा रहा है। सो यह डिजाइन जिस तरह मूव करता पे इस हिसाब के नाल ओवले धागे आपस इंटरलेस हो रहे हैं। तो मैं उम्मीद है कि तुहानू मेरे वालों दिता गया इस मॉक लिनो वीक के लैक्चर तुहानू जरूर पसंद आया है, तो समय लगे है। थैंक यू।